ਫੈਸਲੇ ਲਈ ਤੁਹਾਡੀ ਕਿਸਮਤ ਵਿੱਚ ਹਾਜ਼ਰ ਹੈ ਇੱਕ ਨਈ ਨਵੇਲੀ ਵੀਡੀਓ ਦੇ ਨਾਲ। ਅਤੇ ਅੱਜ ਮੈਂ ਜਾ ਰਿਹਾ ਕਰਤਾਰਪੁਰ ਕੋਰੀਡੋਰ ਦੀ ਓਪਨਿੰਗ ਹੋਣ ਵਾਲੀ ਹੈ, ਔਰ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਪਿਛਲੇ ਕੁਛ ਦਿਨਾਂ ਤੋਂ ਇੰਤਜ਼ਾਰ ਸੀ ਇਸ ਦਿਨ ਦਾ, ਇਸ ਲਾਮੇ ਦਾ ਕਿ ਕਦੋਂ ਆਏਗਾ, ਔਰ ਹੁਣ ਉਹ ਜਿਹੜਾ ਇੰਤਜ਼ਾਰ ਸੀ ਔਰ ਜਿਹਦੇ ਵਾਸਤੇ ਬੜੇ ਬੇਤਾਬ ਸੀ ਅਸੀਂ ਕਿ ਉਹ ਕਦੋਂ ਖੁੱਲ੍ਹੇਗਾ ਲਾਂਘਾ ਸਾਡਾ, ਉਹ ਬਸ ਹੁਣ ਕੁਛ ਹੀ ਘੰਟੇ ਕਹਿ ਸਕਦੇ ਹੋ ਤੁਸੀਂ ਕਿ ਦੂਰ ਹੈ। ਔਰ ਮੇਰੇ ਨਾਲ ਪਿੱਛੇ ਬੈਠੇ ਨੇ ਤਾਰਿਕ ਜੱਟ ਸਾਹਿਬ, ਔਰ ਸਾਹਮਣੇ ਗੱਡੀ ਡਰਾਈਵ ਕਰ ਰਹੇ ਨੇ ਸਰ ਅਹਿਮਦ ਰਜ਼ਾ ਸਾਹਿਬ, ਅਤੇ ਨਾਲ ਪਿੱਛੇ ਤਸ਼ਰੀਫ ਫਰਮਾਨੇ ਸਰ ਆਸਿਫ ਸਾਹਿਬ। ਅਤੇ ਅਸੀਂ ਜਾ ਰਹੇ ਹਾਂ ਕਰਤਾਰਪੁਰ, ਅਤੇ ਬਾਕੀ ਦੇ ਉੱਥੇ ਜਾ ਕੇ ਮਾਮਲਾਤ ਦੇਖਦੇ ਹਾਂ ਕੀ ਨੇ। ਮੇਰੇ ਖਿਆਲ ਨਾਲ ਫੋਨ ਸ਼ੂਨ ਦਾ ਜਿਹੜਾ ਨਾ ਅਲਾਓ ਨਹੀਂ ਹੈਗਾ ਉੱਥੇ। ਬਾਕੀ ਕੋਸ਼ਿਸ਼ ਕਰਾਂਗਾ ਮੈਂ ਕਿ ਸਾਰਾ ਤੁਹਾਨੂੰ ਦਿਖਾ ਸਕਾਂ ਔਰ ਜ਼ਿਆਰਤ ਕਰਾ ਸਕਾਂ, ਕਿਉਂਕਿ ਮੈਂ ਤਾਂ ਕਰਨੀ ਹੀ ਕਰਨੀ ਹੈ, ਨਾਲ ਤੁਹਾਨੂੰ ਵੀ ਕਰਾਵਾਂ। ਅਤੇ ਉਦੋਂ ਤੀਕਰ ਹੁਣ ਨਜ਼ਾਰਾ ਕਰ ਲਓ ਕੋਈ ਸੁਬਹਾ ਸੁਬਹਾ ਮੋਟਰਵੇ ਦਾ। ਮੈਂ ਸੁਬਹਾ 5 ਵਜੇ ਦਾ ਨਿਕਲਿਆ ਹੋਇਆ ਹਾਂ, ਬਸ ਬੜੀ ਜਲਦੀ ਸੀ ਮੈਨੂੰ, ਅਤੇ ਉਹ ਇਸ ਤੋਂ ਵੀ ਜਲਦੀ ਮੈਂ ਪਹੁੰਚਿਆ, ਮੇਰਾ ਤਾਂ ਇਹ ਦਿਲ ਸੀ। ਅੰਦਰ ਆ ਗਿਆ ਮੈਂ ਕਰਤਾਰਪੁਰ, ਇਹ ਸਾਰੇ ਬੱਸਾਂ 'ਤੇ ਜਾ ਰਿਹਾ ਹੈ। ਦੇਖੋ ਜੀ ਬੜਾ ਪਾਕਿਸਤਾਨੀ ਸਾਡੀ ਹਕੂਮਤ ਨੇ ਜਿਹੜਾ ਇੰਤਜ਼ਾਮ ਕੀਤਾ ਇਹਨਾਂ ਵਾਸਤੇ, ਮਾਸ਼ਾਅੱਲਾ ਕਾਬਲੇ ਤਾਰੀਫ ਹੈ, ਬਲਕਿ ਬਹੁਤ ਜ਼ਿਆਦਾ। ਅਸੀਂ ਮੈਂ ਪਹੁੰਚ ਆਇਆ ਇਸ ਟਾਈਮ ਅੰਦਰ, ਲੇਕਿਨ ਅਜੇ ਦਰਬਾਰ ਸਾਹਿਬ ਥੋੜ੍ਹਾ ਦੂਰ ਨੇ ਅਤੇ ਪੈਦਲ ਚੱਲ ਕੇ ਆਉਣਾ ਪਿਆ, ਕਿਉਂਕਿ ਪਾਰਕਿੰਗ ਵਿੱਚ ਪਿੱਛੇ ਗੱਡੀ ਖੜ੍ਹੀ ਕਰਨੀ ਸੀ। ਅਤੇ ਸਾਡੇ ਨਾਲ ਦੇ 2 ਬੰਦੇ ਜਿਹੜੇ ਹਨ ਉਹਨਾਂ ਦਾ ਥੋੜ੍ਹਾ ਜਿਹਾ ਇਸ਼ੂ ਹੋ ਗਿਆ, ਲੇਕਿਨ ਹੋ ਜਾਏਗਾ ਥੋੜ੍ਹੀ ਦੇਰ ਤੱਕ, ਉਹ ਵੀ ਆ ਜਾਣਗੇ ਸਾਡੇ ਨਾਲ ਹੀ। ਮੈਂ ਤਾਂ ਥੱਲੇ ਕੀਤਾ ਕਿ ਦਿਖਾ ਦੇਈਏ ਅਸੀਂ ਅੰਦਰ ਆ ਗਏ ਹਾਂ, ਅਤੇ ਬਸ ਆ ਹੀ ਗਏ ਹਾਂ। ਮੱਥਾ ਟੇਕਾਂਗਾ ਹੁਣ ਜਾ ਕੇ, ਅਤੇ ਜਿੰਨਾ ਮੈਨੂੰ ਦਿਲ ਨੂੰ ਸਕੂਨ ਔਰ ਜਿੰਨਾ ਚੰਗਾ ਲੱਗ ਰਿਹਾ, ਤੁਹਾਨੂੰ ਦੇਖ ਕੇ ਲੱਗ ਹੀ ਰਿਹਾ ਹੋਏਗਾ ਕਿ ਮੈਂ ਕਿਸ ਪਾਕ ਪਵਿੱਤਰ ਜਗ੍ਹਾ 'ਤੇ ਇਸ ਟਾਈਮ ਮੌਜੂਦ ਹਾਂ, ਔਰ ਮੈਨੂੰ ਬਹੁਤ ਦਿਲ ਨੂੰ ਸਕੂਨ ਮਿਲ ਰਿਹਾ। ਇੰਤਜ਼ਾਮਾਤ ਜਿਹੜੇ ਨੇ ਇੱਦਾਂ ਦੇ ਗਏ ਨੇ ਆਰਾਮ ਫਰਮਾਉਣ ਵਾਸਤੇ, ਇਹ ਦੇਖੋ ਬਹੁਤ ਖੂਬਸੂਰਤ ਜਗ੍ਹਾ। ਇਹਨਾਂ ਦਾ ਮੈਂ ਨਾਂ ਲੈ ਰਿਹਾ ਸੀ, ਪਿੱਛੇ ਰਹਿ ਗਏ ਸੀ, ਉਹਨਾਂ ਨੇ ਆਉਣ ਦਿੱਤਾ ਆਉਣ ਇਹਨਾਂ ਨੇ ਅੰਦਰ। ਸਰ ਕੀ ਹਾਲ ਤੁਹਾਡਾ, ਆ ਗਏ ਹੋ ਅੰਦਰ? ਆ ਗਏ ਨੇ ਸਰ ਮੀਆਂ ਸਾਹਿਬ, ਮੈਨੂੰ ਸਪੈਸ਼ਲ ਫਿਰ ਉਹ ਸੀਓ ਸਾਹਿਬ ਆਪ ਲੈ ਕੇ ਆਏ। ਕਮਾਲ ਹੈ ਜੀ, ਸਾਨੂੰ ਵੇਖ ਲਓ ਐਵੇਂ, ਇਤਨਾਂ ਨੂੰ ਸੀਓ ਸਾਹਿਬ ਲੈ ਕੇ ਆਏ ਨੇ ਆਪ ਬਾਕਲ ਖੁਦ। ਸਰ ਕਿੱਦਾਂ ਲੱਗ ਰਿਹਾ ਹੁਣ ਅੰਦਰ ਆ ਕੇ? ਬਸ ਆ ਗਏ ਯਾਰ, ਹੁਣ ਦੇਖਦੇ ਹਾਂ ਇੱਥੇ ਕੀ ਹੋ ਰਿਹਾ। ਚਲੋ ਠੀਕ ਹੈ ਜੀ। ਮੈਂ ਗੁਰਦੁਆਰਾ ਕਰਤਾਰਪੁਰ ਜੈਸੇ ਸੁਬਹਾ ਸੇ ਆਇਆ ਹੁਆ ਹੂੰ, ਤੋ ਯਹਾਂ ਪੇ ਮੁਝੇ ਦੋ ਰਿਪੋਰਟਰ ਮਿਲੀ ਹੈ, ਕਰਾਚੀ ਸੇ ਆਈ ਹੋਈ ਹੈ, ਉਹ ਵੀ ਤੋ ਉਨਸੇ ਬਾਤ ਕਰਤੇ ਹੈਂ। ਅਸਲਾਮ ਅਲੈਕੁਮ, ਕੈਸੀ ਹੈਂ? ਕੈਸਾ ਲੱਗ ਰਿਹਾ ਯਹਾਂ ਪੇ ਆ ਕੇ ਆਪਕੋ? ਅੱਛਾ ਲੱਗ ਰਿਹਾ ਹੈ, ਕਾਫੀ ਔਰਗੇਨਾਈਜ਼ਡ ਹੈ, ਇਤਨੇ ਬੜੇ ਪੈਮਾਨੇ ਪੇ ਇਤਨਾ ਔਰਗੇਨਾਈਜ਼ ਸਭ ਕੁਝ ਹੋਣਾ ਬਹੁਤ ਬੜੀ ਬਾਤ ਹੈ। ਜਸਟ ਥੈਂਕਸ ਟੂ ਦ ਗਵਰਨਮੈਂਟ, ਪਾਕਿਸਤਾਨ ਗਵਰਨਮੈਂਟ ਐਂਡ ਪਾਕ ਆਰਮੀ, ਦੇ ਜੁਆਇੰਟ ਹੈਂਡਸ ਟੁਗੈਦਰ, ਔਰ ਬਹੁਤ ਅੱਛੀ ਕਾਵਿਸ਼ ਹੈ, ਲੋਕ ਬਹੁਤ ਖੁਸ਼ ਨਜ਼ਰ ਆ ਰਹੇ ਹੈ, ਇੱਕ ਬੜਾ ਸਪਿਰਚੁਅਲ ਮਾਹੌਲ ਯਹਾਂ ਬਣਾ ਹੁਆ ਹੈ, ਐਵਰੀਬਡੀ ਇਜ਼ ਹੈਪੀ, ਔਰ ਲੱਗ ਰਿਹਾ ਜਿਸ ਤਰੀਕੇ ਸੇ ਉਹ ਪਰਫੋਰਮ ਕਰ ਰਹੇ ਹੈ ਯਹਾਂ ਪਰ ਆ ਕੇ ਆਪਣੇ ਰਿਲੀਜੀਅਸ ਐਕਟੀਵਿਟੀ। ਕਿਆ ਕਹਿਣਾ ਚਾਹੁੰਦੀ ਇਸ ਦੇ ਬਾਰੇ? ਮੈਂ ਵੀ ਇਹੀ ਕਹਿਣਾ ਚਾਹੁੰਦੀ ਕਿ ਸਭ ਯਹਾਂ ਨਜ਼ਰ ਆ ਰਹੇ, ਬਹੁਤ ਖੁਸ਼ ਔਰ ਬਹੁਤ ਅੱਛਾ ਲੱਗ ਰਿਹਾ ਸਭ ਤੋਂ ਦੇਖੋ, ਔਰ ਆਗੇ ਵੀ ਉਮੀਦ ਆਉਂਦੇ ਰਹੇ ਐਸੀ ਅਮਨ।
ਸਾਰੇ ਯਾਰ ਅੱਜ ਮੈਂ ਪੰਜਾਬੀ 'ਚ ਗੱਲ ਕਰੂੰਗਾ ਹਾਲੇ ਮੈਂ ਗੁਰਦੁਆਰੇ ਹੀ ਮੌਜੂਦ ਹਾਂ ਅਤੇ ਇੱਥੇ ਆਏ ਲੋਕਾਂ ਨਾਲ ਵੀ ਗੱਲ ਕਰਾਂਗਾ ਔਰ ਤੁਹਾਡੀ ਗੱਲਬਾਤ ਵੀ ਸਾਂਝੀ ਕਰਾਊਂਗਾ ਸਾਰਿਆਂ ਨਾਲ ਕਰਤਾਰਪੁਰ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਮੈਂ ਕਿਹਾ ਸੀ ਜਿਵੇਂ ਕਿ ਮੈਂ ਇੱਥੇ ਲੋਕਾਂ ਨਾਲ ਵੀ ਤੁਹਾਨੂੰ ਮਿਲਾਊਂਗਾ ਅਤੇ ਮੇਰੇ ਨਾਲ ਇੱਕ ਸਰਦਾਰ ਜੀ ਅਤੇ ਨਾਲ ਹੈਗੇ ਨੇ ਕਿੱਦਾਂ ਹੈਗੇ ਉਹ ਵਧੀਆ ਅਤੇ ਕਿਵੇਂ ਲੱਗ ਰਿਹਾ ਇੱਥੇ ਆ ਕੇ ਇੱਥੇ ਆ ਕੇ ਤਾਂ ਅਸੀਂ ਹੈਰਾਨ ਹੋ ਗਏ ਕਿ ਜਿੱਦਾਂ ਇੱਕ ਮਿਰੇਕਲ ਹੁੰਦਾ ਆ ਅਸੀਂ ਕੁਝ ਸਾਲ ਪਹਿਲਾਂ ਇੱਥੇ ਆਏ ਸੀ ਗੁਰਦਾਸਪੁਰ ਦਾ ਸਥਾਨ ਦਰਸ਼ਨ ਕਰ ਰਹੇ ਸੀ ਪਰ ਜੋ ਪਿਛਲੇ ਸਾਲ ਦੇ ਵਿੱਚ ਇਹਦੇ ਬਿਲਕੁਲ ਚੇਂਜ ਆ ਗਈ ਆ ਅਤੇ ਅਸੀਂ ਹੈਰਾਨਗੀ ਦੀ ਗੱਲ ਆ ਕਿ ਇੰਨੀ ਛੇਤੀ ਇੰਨੀ ਵਧੀਆ ਧਰਤੀ ਆ ਆਪਣੇ ਇੱਥੇ ਦੇ ਪਾਕਿਸਤਾਨ ਦੇ ਵੀਰਾਂ ਦਾ ਚੇਂਜ ਕਰ ਦਿੱਤੀ ਆ ਤਾਂ ਖਾਨ ਸਾਹਿਬ ਸ਼ੁਰੂ ਨਾਨਕੇ ਵੀ ਅਤੇ 550 ਪ੍ਰਕਾਸ਼ ਸ਼ੁਰੂ ਅਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਖਾਸ ਕਰਕੇ ਜੋ ਪੰਜਾਬੀ 1947 ਤੋਂ ਪੰਜਾਬ ਵੱਖ ਹੋਇਆ ਸੀ ਅੱਜ ਅੱਜ ਮੌਕਾ ਆਇਆ ਕੁਛ ਹਿੱਸਾ ਪੰਜਾਬ ਦਾ ਮੁੜ ਕੇ ਜੁੜ ਗਿਆ ਤੁਹਾਨੂੰ ਕਿੱਦਾਂ ਲੱਗ ਰਿਹਾ ਇੱਥੇ ਆ ਕੇ ਬਹੁਤ ਅੱਛਾ ਜਿੱਦਾਂ ਕੋਈ ਸੁਪਨੇ ਵਿੱਚ ਫਿਰ ਤੇ ਮੈਨੂੰ ਇੱਦਾਂ ਲੱਗਦਾ 1999 ਦੇ ਵਿੱਚ ਆਏ ਸੀਗੇ ਅਤੇ ਜਦੋਂ ਇਹ ਜਗ੍ਹਾ ਉਸ ਟਾਈਮ 'ਤੇ ਦੇਖੀ ਸੀ ਅਤੇ ਕੰਪਾਊਂਡ ਹੈਗੀ ਆ ਇਸ ਟਾਈਮ ਕੰਪਾਊਂਡ ਦੀ ਅਤੇ ਕੋਈ ਲੱਚ ਨਹੀਂ ਹੈਗੇ ਜਿਹੜੇ ਡਿਸਕ੍ਰਾਈਬ ਕਰ ਸਕਦੇ ਸਾਡੀ ਫੀਲਿੰਗ ਕਿੱਦਾਂ ਇਸ ਟਾਈਮ 'ਤੇ ਫੀਲ ਹੋ ਰਹੀ ਹੈ ਮੇਰੀ ਵੀ ਬੜੀ ਖੁਆਇਸ਼ ਸੀ ਇੱਥੇ ਆਉਣ ਦੀ ਲੇਕਿਨ ਮੇਰੀ ਖੁਆਇਸ਼ ਪੂਰੀ ਹੋ ਗਈ ਬਾਬਾ ਜੀ ਨੇ ਕਰਤੀ ਅਤੇ ਬਹੁਤ ਸ਼ੁਕਰੀਆ ਤੁਹਾਡੇ ਨਾਲ ਗੱਲ ਕੀਤੀ ਬਹੁਤ ਹੀ ਚੰਗਾ
ये वो कुआं है जिससे बाबा गुरु नानक देव जी अपने खेतों को पानी दिया करते थे। हमारे प्राइम मिनिस्टर अभी आ गए हैं यहाँ पे, तो अभी थोड़ी देर में उनकी स्पीच जो है वो होगी। तो बाकी भी आ गए हैं, नवजोत सिंह सिद्धू भी आ गया है और बाकी भी स्क्रीन पे चल रहा है। स्क्रीन पे मैं दिखा सकता हूँ, बाहर से मैंने किया जहाँ पे वो हैं, क्योंकि रश बहुत है तो बाहर जाना ज़रा समझ सकते हो आप। हमने स्क्रीन लगी हुई है, देख सकते हो। तो अभी मैं वापस जा रहा हूँ, तो इंशाल्लाह फिर आएंगे बाबा जी के दर पे। वापस जाके की करना वा? ਹੁਣ ਵਾਪਸ ਜਾਣਾ ਵੀ ਤੇਰਾ ਮੂਡ ਦੇਖ ਰਿਹਾ ਮੈਂ ਤੇਰਾ, ਤੇ ਲੱਗਦਾ ਦਿਲ ਕਰਦਾ ਕਿੱਥੇ ਰਹਿ ਜਾਵੇਂ। ਬਿਲਕੁਲ, ਤੇ ਸ਼ੱਕ ਉਦਾਂ ਵੀ ਪੈਂਦਾ ਕਿ ਅੱਧਾ ਕਿ ਲੱਗਦਾ ਤੂੰ ਸਿੱਖ ਵੀ ਹੋ ਗਿਆ ਤੇ ਦੱਸ ਦੇ। ਨਹੀਂ ਇਹ ਸਰ ਸਿੱਖ ਵਾਲੀ ਗੱਲ ਨਹੀਂ ਹੈਗੀ, ਮੇਰੀ ਬਾਬਾ ਜੀ ਨਾਲ ਮੁਹੱਬਤ ਹੀ ਬੜੀ ਹੈਗੀ। ਅੱਛਾ, ਤੇ ਅਕੀਦਤ ਜਿਹੜੀ ਹੁੰਦੀ ਹੈ ਜ਼ਾਹਿਰੀ ਗੱਲ ਹੈ, ਜਿਨ੍ਹਾਂ ਦੀ ਮੁਹੱਬਤ ਆ ਬਾਬੇ ਨਾਲ ਉਹ ਸਿੱਖੀ ਆ, ਸਿੱਖਾਂ ਦੀ ਮੁਹੱਬਤ ਨਹੀਂ ਹੈਗੀ। ਉਹਨਾਂ ਦੀ ਮੁਹੱਬਤ ਹੈਗੀ ਆਪਣੀ ਜਗ੍ਹਾ, ਲੇਕਿਨ ਮੇਰੀ ਮੁਹੱਬਤ ਮੇਰੀ ਆਪਣੀ ਜਗ੍ਹਾ ਹੈਗੀ ਤੇ ਮੈਨੂੰ ਬਾਬਾ ਜੀ ਨਾਲ ਮੁਹੱਬਤ ਹੈਗੀ ਵੈਸੇ ਹੀ ਬੜੀ। ਤੇ ਇਹਦੇ ਨਾਲ ਹੀ ਫੈਸਲਾ ਲੈਂਦੇ ਹੋ, ਇਜਾਜ਼ਤ ਮਿਲਦੇ ਹਾਂ ਅਗਲੀ ਨਈ ਨਵੇਲੀ ਵੀਡੀਓ ਦੇ ਨਾਲ। ਅੱਲਾ ਹਾਫਿਜ਼, ਅੱਲਾ। ਇਹ ਬੱਸਾਂ ਵੋ ਹੈ ਜੋ ਯਹਾਂ ਸੇ ਲੈ ਕੇ ਬਾਰਡਰ ਇੰਡੀਆ ਕੀ ਤਰਫ ਇਹਨੇ ਲੈ ਕੇ ਜਾਏਂਗੀ, ਇੰਡੀਆ ਸੇ ਵਹਾਂ, ਇੰਡੀਆ ਸੇ ਇਧਰ ਔਰ ਇਧਰ ਸੇ ਇੰਡੀਆ।